ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਹਰਮਨਬੀਰ ਸਿੰਘ ਗਿੱਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਦਾਰ ਰਮਨਦੀਪ ਸਿੰਘ ਭੁੱਲਰ ਪੀਪੀਐਸ ਮਲੋਟ ਵੱਲੋਂ ਆਪਣੀ ਟੀਮ ਸਮੇਤ ਮੁਕੱਦਮਾ ਨੰਬਰ 75 ਮਿਤੀ ਥਾਣਾ ਕਬਰ ਵਾਲਾ ਜੋ ਨਾਮਾਲੂਮ ਦੋਸ਼ੀਆਂ ਖਿਲਾਫ ਦਰਜ ਹੋਇਆ ਸੀ ਦੇ ਦੋਸ਼ੀਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਵੱਲੋਂ ਥਾਣਾ ਕਬਰ ਵਾਲਾ ਵਿਖੇ ਸੂਚਨਾ ਦਿੱਤੀ ਸੀ ਕਿ ਉਸਦੇ ਪਤੀ ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਸੱਟਾ ਮਾਰ ਕਤਲ ਕਰ ਦਿੱਤਾ ਗਿਆ ਹੈ ਅਤੇ ਉਹ ਵਿਅਕਤੀ ਕਰੀਬ 30,000 ਰੁਪਏ ਲੁੱਟ ਕੇ ਲੈ ਗਏ। ਇਸ ਮੁਕੱਦਮੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਅਤੇ ਹਰ ਪਹਿਲੂ ਤੋਂ ਡੂੰਘਾਈ ਨਾਲ ਤਫਤੀਸ਼ ਵੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਪੁਲਿਸ ਨੇ ਉਸ ਕੋਲੋਂ ਵੱਡੀ ਸਫਲਤਾ ਹਾਸਲ ਮਿਲੀ ਜੋ ਉਕਤ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਕੱਦਮਾ ਦੀ ਦੋਸ਼ਣ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਪਾਂ ਸਾਰਿਆਂ ਨੂੰ ਪਤਾ ਕਿ ਥਾਣਿਆਂ ਦੇ ਵਿੱਚ ਬਹੁਤ ਇਹੋ ਜਿਹੇ ਵਹੀਕਲਸ ਪਏ ਹੋਏ ਆ ਜਿਹੜੇ ਕਿ ਮੱਧਮ ਅਮਾਨਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ 'ਚ NDPS ਦੇ ਮੁਕੱਦਮਿਆਂ 'ਚ ਵੀ ਜਿਹੜੇ ਸਮੱਗਲਰਾਂ ਕੋਈ ਨਸ਼ਾ ਪੱਤਾ ਵੇਚਦੇ ਆ ਜਿਹੜੇ ਜਾਂ ਸਮੱਗਲਿੰਗ ਕਰਦੇ ਆ ਉਹਨਾਂ ਤੋਂ ਵੀ ਇਹ ਵਹੀਕਲ ਫੜੇ ਜਾਂਦੇ ਆ। ਕੁਝ ਐਕਸੀਡੈਂਟ ਦੇ ਵਹੀਕਲ ਹੁੰਦੇ ਜਿਹੜੇ IPC ਕੇਸਿਸ ਦੇ ਹੁੰਦੇ, ਸੋ ਥਾਣਿਆਂ ਦੀਆਂ ਛੱਤਾਂ ਤੱਕ ਵੀ ਸਕੂਟਰ ਮੋਟਰਸਾਈਕਲ ਲੱਗੇ ਜਿਹੜੇ ਕਿ ਉੱਥੋਂ ਦੀ ਜਿਹੜੀ ਵਿਜ਼ਟਿੰਗ ਜਨਰਲ ਪਬਲਿਕ ਆ ਅਤੇ ਪੁਲਿਸ ਮੁਲਾਜ਼ਮ ਨੇ, ਪੁਲਿਸ ਅਫਸਰਸ ਆ ਜਿਹੜੇ ਉਸ ਪੁਲਿਸ ਸਟੇਸ਼ਨ 'ਚ ਕੰਮ ਕਰਦੇ, ਉਹਨਾਂ ਦੀ ਸਿਹਤ ਨਾਲ ਵੀ ਇੱਕ ਤਰ੍ਹਾਂ ਦਾ ਖਿਲਵਾੜ। ਸੋ ਅਸੀਂ ਇਹਨੂੰ ਜੰਗੀ ਪੱਧਰ 'ਤੇ ਇਹਨਾਂ ਵਹੀਕਲਸ ਨੂੰ ਜੋ ਜੋ ਇਹਨਾਂ ਦਾ ਪ੍ਰੋਸੀਜਰ ਅਡੋਪਟ ਕਰਕੇ ਮਾਨਯੋਗ ਅਦਾਲਤਾਂ ਤੋਂ ਪਰਮਿਸ਼ਨਾਂ ਲੈ ਕੇ ਫਿਰ ਇੱਕ DC ਸਾਹਿਬ ਤੋਂ ਕਮੇਟੀ ਬਣਵਾਈ ਗਈ ਜਿਹਦੇ ਵਿੱਚ ਇੱਕ SDM ਸਾਡੇ, ਇੱਕ SP ਰੈਂਕ ਦੇ ਅਫਸਰ, RTA ਦਫ਼ਤਰ ਦਾ ਨੁਮਾਇੰਦਾ ਐਂਡ ਫਿਰ ਇੱਕ ਲੀਗਲ ਅਥਾਰਟੀ DA ਲੀਗਲ ਦਾ ਇੱਕ ਡਿਪਟੀ DA ਲੀਗਲ, ਉਹ 4 ਮੈਂਬਰਾਂ ਦੀ ਕਮੇਟੀ ਬਣਾਈ ਗਈ। ਔਰ ਉਸ ਕਮੇਟੀ ਦੇ ਥਰੂ ਇਸ ਜਿਹੜਾ ਜਿੰਨਾ ਵੀ ਹੈਗਾ, ਜਿੰਨੇ ਵੀ ਇਹੋ ਜਿਹੇ ਵਹੀਕਲ ਸੀ ਜਿਨ੍ਹਾਂ ਦੀਆਂ ਸਾਨੂੰ ਕਿਤੇ ਅਪੀਲਾਂ ਦਲੀਲਾਂ, ਜੋ ਅਪੀਲ ਨਹੀਂ ਸੀ ਹੈਗੀ ਅਗਲੇ ਫਰਦਰ ਕੋਰਸ ਤੋਂ, ਉਹਦੇ ਬਾਰੇ ਲਿਖ ਕੇ ਲੈ ਕੇ ਔਰ ਇਹਨਾਂ ਸਾਰਿਆਂ ਦਾ ਅਸੀਂ ਫਿਰ ਉਹ ਰੇਟ ਜਿਹੜਾ ਹੈਗਾ ਵਾ ਅਰਨਸਟ ਮਨੀ ਜਿਹਨੂੰ ਕਹਿ ਦਿੰਦੇ ਉਹ ਇੱਕ ਡਿਸਾਈਡ ਕਰਾਈ ਗਈ ਔਰ ਉਸ ਤੋਂ ਬਾਅਦ ਅਸੀਂ ਇਹਦੀ ਓਪਨ ਐਕਸ਼ਨ ਆਪਸ਼ਨ ਕੀਤੀ ਔਰ ਇਹ 2 ਓਪਨ ਆਪਸ਼ਨਸ ਜਿਹੜੀਆਂ ਪਿਛਲੇ 3 ਮਹੀਨੇ 'ਚ ਮੁਕਤਸਰ ਸਾਹਿਬ ਪੁਲਿਸ ਨੇ ਕੀਤੀਆਂ, ਜਿਹਦੇ ਵਿੱਚ ਅਸੀਂ 343 ਵਹੀਕਲ ਜਿਨ੍ਹਾਂ ਵਿੱਚ 4-wheeler 2-wheeler ਇਹ ਸਾਰੇ ਅਸੀਂ ਨਿਲਾਮ ਕੀਤੇ ਔਰ ਇਹਨਾਂ ਵਹੀਕਲਾਂ ਦੀ ਨਿਲਾਮੀ ਤੋਂ ਸਾਨੂੰ 56,43,468 ਰੁਪਈਏ ਦੀ ਜਿਹੜੀ ਹੈਗੀ ਆ ਉਹ ਇਨਕਮ ਹੋਈ, ਜਿਹੜਾ ਅਸੀਂ 56,43,468 ਰੁਪਈਏ, ਸੋ ਇਹਦੀ ਅਸੀਂ ਇਨਕਮ ਜਿਹੜੀ ਆ ਉਹ ਸਾਰਾ ਇਹ ਪੈਸਾ ਜਿਹੜਾ ਇਹਦੇ 'ਚੋਂ ਫੈਚ ਕੀਤਾ ਗਿਆ ਇਹਨਾਂ ਨਿਲਾਮੀਆਂ ਤੋਂ ਉਹ ਅਸੀਂ ਕੰਸਰਨਡ ਪੰਜਾਬ ਸਰਕਾਰ ਦੇ ਹੈੱਡ 'ਚ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤਾ। ਫਾਜ਼ਿਲਕਾ ਦੇ ਪਿੰਡ ਕਾਵਾਂਵਾਲੀ 'ਚ ਵਾਪਰੇ ਹਾਦਸੇ ਵਿੱਚ 10 ਸਾਲਾ ਬੱਚਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਗਿਆ। ਜ਼ਖਮੀ ਬੱਚੇ ਅਰਸ਼, ਜਿਸ ਦੀ ਉਮਰ 10 ਸਾਲ ਦੀ, ਦਾਦੀ ਜੱਲਾ ਬਾਈ ਵਾਸੀ ਪਿੰਡ ਕਾਵਾਂਵਾਲੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕੁਝ ਲੋਕ ਕਾਵਾਂਵਾਲੀ ਢਾਣੀ ਨੇੜੇ ਸਰੀਆ ਕੱਟ ਰਹੇ ਸਨ, ਜਿਸ ਨੂੰ ਉਹਨਾਂ ਦਾ ਬੱਚਾ ਉੱਥੇ ਖੜ੍ਹਾ ਦੇਖ ਰਿਹਾ ਸੀ। ਇਸ ਦੌਰਾਨ ਅਚਾਨਕ ਇੱਕ ਮੋਟਰਸਾਈਕਲ ਉੱਥੇ ਗੁਜ਼ਰਿਆ, ਜਿਸ ਦੀ ਚਪੇਟ ਵਿੱਚ ਆਉਣ ਕਾਰਨ ਉਹ ਜ਼ਖਮੀ ਹੋ ਗਿਆ। ਸਵੇਰੇ ਐਕਸੀਡੈਂਟ ਹੋਇਆ, ਮੁੰਡੇ ਖੜ੍ਹੇ ਰਹੇ ਸੀ, ਸਰੀਆ ਕੱਟੀ ਜਾਂਦੇ ਤਾਂ ਉੱਥੇ ਖੜ੍ਹਾ ਸੀ, ਕਾਵਾਂਵਾਲੀ ਲੱਗ ਅਤੇ ਅੱਗੇ ਪਿੰਡ ਢਾਣੀ ਕਾਵਾਂਵਾਲੀ ਮੋਟਰਸਾਈਕਲ 'ਚ ਜਾ ਪਰਿਵਾਰ ਆ ਸੀ, ਮੋਟਰਸਾਈਕਲ 'ਤੇ ਖੜ੍ਹਾ ਸੀ ਅਤੇ ਦਿਮਾਗ ਵਾਲੀ ਸਿਰ 'ਤੇ ਪਾਸੇ 'ਤੇ, ਹੁਣ ਤਾਂ ਕੋਈ ਅੱਗੇ ਨਾ ਉਹ ਘੱਟ ਹੀ ਉਲਟੀਆਂ ਬੜੀਆਂ ਕਰ ਰਿਹਾ, ਸਾਰੇ ਰਾਹ ਉਲਟੀਆਂ ਹਟਦਾ, ਘਬਰਾ ਗਿਆ ਬਹੁਤ, ਹੱਲਾ ਚੱਲਾ ਹੀ ਨਹੀਂ, ਬੋਲਾ ਵੀ ਨਹੀਂ। ਡਾਕਟਰ ਹੁਣ ਐਮਰਜੈਂਸੀ ਭੇਜਿਆ ਸੀ, ਕਹਿੰਦੇ ਨੇ ਫਰੀਦਕੋਟ ਭੇਜਣੇ, ਫਰੀਦ ਕਰਾ ਲਓ ਵੀ, ਮਾੜਾ ਮੋਟਾ ਬੋਲ ਪੈਂਦਾ ਪਰ ਰੋਣ ਲੱਗ ਪੈਂਦਾ, ਬਲਾਗੇ ਰੋਂਦਾ ਹੈ ਬਲਾਗੇ। ਅਰਸ਼ 10 ਸਾਲ ਕਾਵਾਂਵਾਲੀ ਢਾਣੀ ਹੈਗੀ, ਪੋਤਰਾ ਹੈ ਰਜਿੰਦਰ ਸਿੰਘ ਦਾ ਮੁੰਡਾ। ਜੁਝਾਰੂ ਸੰਘਰਸ਼ ਦੀਆਂ ਆਗੂ ਸਫਾ ਵਿੱਚ ਰਹੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਅੱਜ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਵਿਖੇ ਪੁਲਿਸ ਹਿਰਾਸਤ ਵਿੱਚ ਰੱਖੇ ਜਾ ਰਹੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨਾਲ ਮੁਲਾਕਾਤ ਕੀਤੀ ਗਈ।
ਅੱਜ ਸਵੇਰੇ ਡੱਲੇਵਾਲ ਨੂੰ ਮਿਲਣ ਪਹੁੰਚੇ ਭਾਈ ਦਲਜੀਤ ਸਿੰਘ ਤੇ ਸਾਥੀਆਂ ਨੂੰ ਪੰਜਾਬ ਪੁਲਿਸ ਵੱਲੋਂ ਹਸਪਤਾਲ ਦੇ ਬਾਹਰ ਨਾਕੇ ਉੱਤੇ ਰੋਕ ਲਿਆ ਗਿਆ, ਜਿਸ ਤੋਂ ਬਾਅਦ ਭਾਈ ਦਲਜੀਤ ਸਿੰਘ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਅਤੇ ਹਰਿਆਣਾ ਦੀਆਂ ਆਪ ਤੇ ਭਾਜਪਾ ਸਰਕਾਰਾਂ ਵੱਲੋਂ ਕਿਸਾਨਾਂ ਤੇ ਸ਼ਾਂਤਮਈ ਸੰਘਰਸ਼ ਉੱਪਰ ਕੀਤੇ ਗਏ ਜਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰਾਂ ਦਿੱਲੀ ਦਰਬਾਰ ਦੀ ਕਿਰਤੀ ਦੀ ਲੁੱਟ ਅਤੇ ਲੋਕਾਂ ਉੱਤੇ ਜਬਰ ਦੀ ਨੀਤੀ ਉੱਤੇ ਚੱਲ ਰਹੀਆਂ ਹਨ। ਸਾਡੇ ਪੰਜਾਬ ਦੇ ਸਤਿਕਾਰਤ ਲੀਡਰ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਬਜ਼ੁਰਗਾਂ ਨੂੰ ਖਿੱਚਤੂ ਕਰਨੀ, ਉਹਨਾਂ ਦੀਆਂ ਪੱਗ ਨੂੰ ਹੱਥ ਪਾਉਣਾ, ਇੱਕ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਦਿਆਂ ਨੂੰ ਮਰਨ ਵਰਤੇ ਬੈਠੇ ਸਿੰਘਾਂ ਨੂੰ ਧੂਣਾ, ਉਹਨਾਂ ਦੀ ਬੇਇੱਜ਼ਤੀ ਕਰਨੀ, ਇਹ ਬਹੁਤ ਹੀ ਵੱਡਾ ਸਰੀਅਨ ਹੀ ਧੱਕਾ ਆ ਸਰਕਾਰ ਦਾ। ਇਹ ਬਰਦਾਸ਼ਤ ਕਰਨ ਯੋਗ ਨਹੀਂ ਗਾ। ਇਹ ਜੋ ਹੱਥ ਪਾਇਆ ਗਿਆ ਸਰਦਾਰ ਡੱਲੇਵਾਲ ਦੀ ਪੱਗ ਨੂੰ, ਇਹ ਪੰਥ ਦੀ ਪੱਗ ਨੂੰ ਹੱਥ ਦੇ ਬਰਾਬਰ ਆ, ਉਹ ਕੋਈ ਆਮ ਇਨਸਾਨ ਨਹੀਂ ਗਏ। ਅਤੇ ਬਾਕੀ ਜਿਹੜੀ ਮੈਂ ਗੱਲ ਕਰਾਂਗਾ ਕਿ ਇਹ ਜਿਹੜੀਆਂ ਸਰਕਾਰਾਂ ਆ, ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਆ, ਇਹਨਾਂ 'ਚ ਕੋਈ ਫਰਕ ਨਹੀਂ ਗਾ। ਇਹ ਇੱਕੋ ਹੀ ਤਰ੍ਹਾਂ ਦੀਆਂ, ਇੱਕੋ ਹੀ ਤਸੀਰ, ਇੱਕੋ ਹੀ ਖਾਸਾ ਆ। ਇਹ ਸਾਰੀਆਂ ਵਿਪਰ ਸਾਮਰਾਜ ਦੀਆਂ ਅਤੇ ਕਾਰਪੋਰੇਟ ਪੱਖੀ ਸਰਕਾਰਾਂ ਆ। ਇਹਨਾਂ ਦੀ ਇਹ ਫਿਤਰਤ ਆ, ਲੁੱਟ ਸੁੱਟ ਬੇਸਿਸ ਆ, ਇਹ ਸ਼ੋਸ਼ਣ ਕਰਦੀਆਂ ਅਤੇ ਇਹ ਧੱਕਾ ਕਰਨਾ ਅਤੇ ਓਪਰੇਸ਼ਨ ਕਰਨਾ ਇਹਨਾਂ ਦਾ ਕਿ ਕੁਦਰਤੀ ਸੁਭਾਅ ਆ। ਨਿਕਲਿਆ ਜਿਹੜਾ ਬਿਲਕੁਲ ਹੀ ਨਜਾਇਜ਼ ਆ, ਕੋਈ ਮਤਲਬ ਨਹੀਂ। ਅਸੀਂ ਉਹਨਾਂ ਨੂੰ ਮਿਲ ਨਹੀਂ ਜਾਣਾ ਸੀ, ਹੋਰ ਤਾਂ ਕੋਈ ਗੱਲ ਨਹੀਂ। ਅਸੀਂ ਇੱਥੇ ਇਸੇ ਕਰਕੇ ਆਏ ਹਾਂ ਕਿ ਅਸੀਂ ਸਾਰਾ ਪੰਜਾਬ, ਸਾਰਾ ਪੰਥ, ਜਿੰਨੇ ਵੀ ਪੰਜਾਬ ਦੇ ਲੋਕ ਆ, ਸਾਰੀ ਲਿਕਾਈ ਉਹਨਾਂ ਦੇ ਸੰਘਰਸ਼ ਦੇ ਨਾਲ, ਉਹਨਾਂ ਦੇ ਨਾਲ ਆ। ਇਹ ਸਾਡਾ ਫਰਜ਼ ਬਣਦਾ, ਪੰਥ ਦਾ ਬਿਰਧ ਬਣਦਾ ਕਿ ਜਿਹੜੇ ਮਜ਼ਲੂਮ ਆ ਉਹਦੇ ਨਾਲ ਖੜਨਾ ਅਤੇ ਜਿਹੜਾ ਜ਼ਾਲਮ ਆ ਉਹਦੇ ਵਿਰੁੱਧ ਖੜਨਾ। ਇਸ ਵਕਤ ਕਿਸਾਨ, ਮਜ਼ਦੂਰ, ਹੋਰ ਜਿੰਨੇ ਗਰੀਬ ਆ, ਮਜ਼ਲੂਮ ਆ, ਅਤੇ ਇਹ ਜਿਹੜੀ ਵਿਪਰ ਸਰਕਾਰ ਆ, ਜਿਹੜੀ ਕਾਰਪੋਰੇਟ ਪੱਖੀ ਸਰਕਾਰ ਆ, ਇਹ ਓਪਰੈਸਰ ਆ, ਇਹ ਜ਼ਾਲਮ ਆ। ਇਸ ਕਰਕੇ ਪੰਥ ਦਾ ਇਹ ਫਰਜ਼ ਆ, ਉਸ ਫਰਜ਼ ਤਹਿਤ ਹੀ ਅਸੀਂ ਇੱਥੇ ਆਏ ਹਾਂ। ਅਤੇ ਇਹ ਸਰਕਾਰਾਂ ਇੱਕੋ ਤਰ੍ਹਾਂ ਦੀਆਂ, ਅਤੇ ਆਪਾਂ ਪਿੱਛੇ ਦੇਖ ਸਕਦੇ ਹਾਂ ਕਿ ਜਿਹੜਾ ਕਿਸਾਨ ਸੰਘਰਸ਼, ਜਿਹੜਾ ਦੁਨੀਆ ਦਾ ਇੱਕ ਬਹੁਤ ਵੱਡਾ ਸੰਘਰਸ਼ ਹੋਇਆ, ਜਿੱਤ ਹਾਸਲ ਹੋਈ, ਉਹਦੇ ਵਿੱਚ ਇਹ ਸਰਕਾਰ ਚੁੱਕੀ, ਲੋਕਾਂ ਦੇ ਇੱਕ ਲਹਿਰ ਅੱਗੇ, ਲੋਕਾਂ ਦੇ ਏਕੇ ਪੰਥ ਅਤੇ ਪੰਜਾਬ ਅੱਗੇ, ਉਹ ਮੰਗਾਂ ਮੰਨ ਕੇ ਵੀ ਇਹਨਾਂ ਨੇ ਕੁਛ ਵੀ ਨਹੀਂ ਕੀਤਾ। ਇਹਨਾਂ ਦੀ ਅਸਲ ਫਿਤਰਤ ਹੀ ਇਹ ਆ, ਇਹ ਬਿਲਕੁਲ ਇਮਾਨਦਾਰ ਨਹੀਂ, ਇਹ ਧੋਖਾ ਕਰਨ ਵਾਲੇ ਨੇ ਅਤੇ ਭਰਮ ਪਖੰਡ ਫੈਲਾਉਣ ਵਾਲੇ ਆ। ਇਹਨਾਂ ਨੇ ਮੰਨ ਕੇ ਵੀ ਉਹ ਕੋਈ ਵੀ ਗੱਲ ਨਹੀਂ ਮੰਨੀ, ਜਿਹੜੀ MSP ਬਾਰੇ ਸੀ ਜਾਂ ਹੋਰ ਖੇਤੀਬਾੜੀ, ਉਹ ਤਿੰਨੇ ਕਾਨੂੰਨਾਂ ਬਾਰੇ ਕੋਈ ਗੱਲ ਨਹੀਂ ਮੰਨੀ, ਸਗੋਂ ਉਹਦੇ ਉਲਟ ਸਾਰਾ ਅਮਲ ਹੋ ਰਿਹਾ ਹੈ। ਉਹਦੇ ਉਲਟ ਜੋ ਤਿੰਨ ਕਾਨੂੰਨ ਸੀ ਉਹਦੇ ਅਨੁਸਾਰ ਜੋ ਜੋ ਗੱਲਾਂ ਹੋਣੀਆਂ ਚਾਹੀਦੀਆਂ ਉਹ ਇਹ ਕਰੀ ਜਾ ਰਹੇ ਆ। ਮੰਡੀਆਂ ਵਾਲੇ ਕਾਨੂੰਨ ਲੈ ਕੇ ਆਏ ਆ, ਪਾਣੀਆਂ ਦੇ ਹੈੱਡਵਰਕਸ ਬਾਰੇ ਲੈ ਕੇ ਆਏ ਆ, ਹੋਰ ਜਿੰਨੇ ਵੀ ਕਾਨੂੰਨ ਆ ਉਹ ਸਾਰੇ ਸੈਂਟਰਲਾਈਜੇਸ਼ਨ, ਕੇਂਦਰੀਕਰਨ ਵਾਲੇ ਅਤੇ ਕਾਰਪੋਰੇਟ ਹਿੱਸਿਆਂ ਨੂੰ ਤਕੜੇ ਕਰਨ ਵਾਲੇ ਆ। ਜਿਹੜੀ ਇਹਨਾਂ ਨੇ ਗੁਰਪੁਰਬ 'ਤੇ ਗੱਲ ਮੰਨੀ ਤਿੰਨ ਕਾਨੂੰਨਾਂ ਦੀ ਉਹਦੇ ਉਲਟ ਕਰ ਰਹੇ ਆ ਅਮਲ, ਉਸ ਤੋਂ ਬਾਅਦ ਬਿਲਕੁਲ ਉਹਦੇ ਉਲਟ ਆ। ਇਹ ਬਹੁਤ ਵੱਡਾ ਧੋਖਾ ਆ, ਲਿਕਾਈ ਨਾ ਪੰਥ ਨਾ ਪੰਜਾਬ ਨਾ। ਗੁਰਮੀਤ ਸਿੰਘ ਚੌਹਾਨ SSP ਤਰਨ ਤਾਰਨ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਵਿਸ਼ਾਲਜੀਤ ਸਿੰਘ PP SSP ਇਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ ਵੱਖ ਵੱਖ ਥਾਣਿਆਂ ਵੱਲੋਂ ਲੁੱਟ ਖੋਹ ਕਰਨ ਵਾਲੇ ਵੱਡੇ ਗੈਂਗਾਂ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵੱਡੀ ਮਾਤਰਾ ਵਿੱਚ ਬਰਾਮਦਗੀ ਵੀ ਕੀਤੀ ਗਈ। ਟਰੱਕ ਅਤੇ ਹੋਰ ਵਹੀਕਲ ਚੋਰੀ ਦੀਆਂ ਜਿਹੜੀਆਂ ਉਹ ਇਹਨਾਂ ਨੇ ਕੀਤੀਆਂ ਨੇ। ਇਹ ਦੋਵੇਂ ਜਿਹੜੇ ਨੇ ਪੁਰਾਣੇ ਕਾਫੀ ਨੋਟੋਰੀਅਸ ਜਿਹੜੇ ਕ੍ਰਿਮੀਨਲ ਨੇ, ਇਹਨਾਂ ਦੇ ਕਰੀਬ 20-22 ਦੇ ਕਰੀਬ ਜਿਹੜੇ ਮੁਕੱਦਮੇ ਦਰਜ ਨੇ। ਇਹ ਕਈਆਂ ਮੁਕੱਦਮਿਆਂ ਵਿੱਚ ਅਜੇ ਤੱਕ ਇਹਨਾਂ ਦੀ ਅਰੈਸਟ ਵੀ ਪੈਣ ਵਾਲੀ ਰਹਿੰਦੀ ਹੈ ਅਤੇ ਕਾਫੀ ਇਹਨਾਂ ਇਸ ਏਰੀਏ ਦੇ ਵਿੱਚ ਅੰਮ੍ਰਿਤਸਰ ਅਤੇ ਉੱਥੇ ਨਾਲ ਲੱਗਦੇ ਅਤੇ ਤਰਨ ਤਾਰਨ ਦੇ ਵਿੱਚ ਇਹਨਾਂ ਕਾਫੀ ਵਾਰਦਾਤਾਂ ਨੂੰ, ਜਿਹੜੀਆਂ ਟਰੱਕ ਚੋਰੀ ਕਰਨ ਦੀਆਂ ਅਤੇ ਹੋਰ ਵਹੀਕਲ ਚੋਰੀ ਕਰਨ ਦੀਆਂ ਜਿਹੜੀਆਂ ਵਾਰਦਾਤ ਨੂੰ ਇੱਥੋਂ ਅੰਜਾਮ ਦਿੱਤਾ ਸੀਗਾ। ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ ਵੀ ਇਹ ਇੱਥੋਂ ਵਹੀਕਲ ਚੋਰੀ ਕਰਨ ਤੋਂ ਬਾਅਦ ਇਹਨੂੰ ਆਊਟ ਆਫ ਸਟੇਟ ਵੀ ਜਿਹੜੇ ਆ ਉਹ ਅਲੱਗ ਅਲੱਗ ਥਾਵਾਂ ਦੇ ਉੱਤੇ ਜਿਹੜਾ ਉਹ ਵੇਚ ਕੇ ਆਉਂਦੇ ਸੀਗੇ ਅਤੇ ਇਸ 'ਤੇ ਜਿਹੜਾ ਹੁਣ ਅੱਗੇ ਕਾਰਵਾਈ ਕਰਕੇ ਇਹਨਾਂ ਤੋਂ ਜਿਹੜੀ ਆ ਅਗਲੀ ਬਰਾਮਦਗੀ ਕੀਤੀ ਜਾਊਗੀ। ਇਸ ਤੋਂ ਇਲਾਵਾ CIA ਤਰਨ ਤਾਰਨ ਵੱਲੋਂ ਇੱਕ ਦੋਸ਼ੀ ਜਿਹੜਾ ਆ ਉਹ ਜਸਪਾਲ ਸਿੰਘ ਉਰਫ ਭਿੰਡੀ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਸਦੇ ਕੋਲੋਂ 2 ਜਿਹੜੇ ਆ ਉਹ ਵੈਪਨ ਬਰਾਮਦ ਕਰਕੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ। ਸਰ ਹੋਰ ਵੀ ਆਸ ਹੈਗੀ ਹੁੰਦੀ? ਹਾਂਜੀ, ਇਹਦੇ ਵਿੱਚ ਜਿਸ ਤਰ੍ਹਾਂ ਚੋਲਾ ਸਾਹਿਬ ਵਾਲੀ ਤਫਤੀਸ਼ 'ਚ ਗੱਲ ਕਰੀਏ ਇਹਦੇ ਵਿੱਚ ਹੋਰ ਦੋਸ਼ੀ ਵੀ ਸਾਡੇ ਫੜਨ ਵਾਲੇ ਰਹਿੰਦੇ ਨੇ ਜਿਨ੍ਹਾਂ ਕੋਲ ਇਹ ਲੁੱਟ ਦਾ ਸਮਾਨ ਗਿਆ ਹੈ
ਤੇ ਜਾਂ ਜਿਨ੍ਹਾਂ ਕੋਲ ਚੋਰੀ ਦੀਆਂ ਜਿਹੜੀਆਂ ਚੀਜ਼ਾਂ ਗਈਆਂ ਨੇ ਹੋਰ ਵੀ ਜਿਹੜੀ ਪੁੱਛਗਿੱਛ ਦੇ ਵਿੱਚ ਹੋਰ ਚੀਜ਼ਾਂ ਵੀ ਸਾਹਮਣੇ ਆਈਆਂ ਨੇ ਜਿੱਦਾਂ ਰਾਜਵੀਰ ਸਿੰਘ ਨੇ ਕਾਫੀ ਮੋਬਾਈਲ ਫੋਨ ਜਾਂ ਹੋਰ ਚੀਜ਼ਾਂ ਜਿਹੜੀਆਂ ਅੰਮ੍ਰਿਤਸਰ ਜਾਂ ਅਡਜੋਨਿਕ ਇਲਾਕਿਆਂ ਦੇ ਵਿੱਚੋਂ ਜਿਹੜੀਆਂ ਖੋਹੀਆਂ ਤੇ ਚੋਰੀ ਕੀਤੀਆਂ ਨੇ ਉਹ ਕਿੱਥੇ ਵੇਚੀਆਂ ਨੇ ਕਿਹਨਾਂ ਨੂੰ ਵੇਚੀਆਂ ਨੇ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਹਦੇ ਵਿੱਚ ਹੋਰ ਬਰਾਮਦਗੀ ਜਿਹੜੀ ਆ ਉਹ ਹੋਏਗੀ। ਅੱਜ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹੁਸ਼ਿਆਰਪੁਰ ਦੇ ਦਸੂਹਾ ਜ਼ਿਲ੍ਹੇ ਦੇ ਪਿੰਡ ਦਦਿਆਲ ਵਿਖੇ 800 ਤੋਂ ਵੱਧ ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਛੁਡਵਾ ਕੇ ਜ਼ਮੀਨ ਸਰਕਾਰ ਨੂੰ ਵਾਪਸ ਕਰਵਾ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਜਿਸ ਜ਼ਮੀਨ ਤੋਂ ਪਹਿਲਾਂ ਪਿੰਡ ਦੇ ਲੋਕ ਸਰਕਾਰ ਦੀ ਮਲਕੀਅਤ ਸਨ, ਕਬਜ਼ਾ ਕਰਨ ਸਮੇਂ ਉਸਨੇ ਖੁਦ ਜ਼ਮੀਨ ਸਰਕਾਰ ਨੂੰ ਦੇਣ ਦਾ ਮਨ ਬਣਾ ਲਿਆ। ਨਾ ਤਾਂ ਪੁਲਿਸ ਨੂੰ ਇਸ ਜ਼ਮੀਨ 'ਤੇ ਕਬਜ਼ਾ ਕਰਨ ਦੀ ਲੋੜ ਪਈ ਅਤੇ ਨਾ ਹੀ ਕਾਲੇ ਲੋਕਾਂ ਨੇ ਕਿਸੇ ਹੋਰ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਅਤੇ ਜ਼ਮੀਨ ਛੱਡ ਦਿੱਤੀ ਗਈ ਹੈ। ਬਲਾਕ ਦਸੂਹੇ ਦਾ ਪਿੰਡ ਡਡਿਆਲ 850 ਏਕੜ ਜ਼ਮੀਨ ਜਿਹੜੀ ਵੱਖ ਵੱਖ ਵਿਅਕਤੀਆਂ ਕੋਲ ਕਬਜ਼ੇ ਅਧੀਨ ਸੀ ਸਾਡੀ ਪੰਚਾਇਤ ਵਿਭਾਗ ਦੀ, ਉਹ ਅੱਜ ਸਾਰੇ ਮੈਂ ਭਰਾਵਾਂ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਅੱਗੇ ਆ ਕੇ ਇਹ ਜ਼ਮੀਨ ਪੰਜਾਬ ਸਰਕਾਰ ਦੇ ਹਵਾਲੇ ਕੀਤੀ ਆ। ਅਤੇ ਮੈਂ ਪੂਰੇ ਪੰਜਾਬ ਦੇ ਵਿੱਚ ਇਹ ਅਪੀਲ ਕਰਦਾ ਕਿ ਜਿਵੇਂ ਪਿੰਡ ਡਡਿਆਲ ਦੇ ਲੋਕ ਅੱਗੇ ਆਏ ਆ ਵੱਡੀ ਗਿਣਤੀ ਦੇ ਵਿੱਚ 850 ਏਕੜ ਜ਼ਮੀਨ ਜਿਹੜੀ ਅੱਜ ਪੰਚਾਇਤ ਵਿਭਾਗ ਦੇ ਅਧੀਨ ਇਹਨਾਂ ਨੇ ਛੱਡੀ, ਉਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਬੜਾ ਲੰਮਾ ਸਮਾਂ ਆਮਦਨ ਖਾਲੀ ਆ ਪੰਜਾਬ ਦੇ ਜਿੰਨੇ ਵੀ ਕਿਸਾਨ ਵੀਰ ਕਾਬਜ ਕਰ ਰਹੇ ਆ। ਅਤੇ ਵੇਖੋ ਜਿਹੜੀ ਜ਼ਮੀਨ ਸਰਕਾਰ ਦੀ ਆ ਉਹ ਪੰਜਾਬ ਦੇ ਲੋਕਾਂ ਦੀ ਜ਼ਮੀਨ ਆ, ਅਤੇ ਇਹ ਨਹੀਂ ਕਿ ਇੱਕ ਜਾਂ ਦੋ ਜਾਂ 10 ਵਿਅਕਤੀ ਪਿੰਡ ਦੇ ਵਿੱਚੋਂ ਪੂਰੇ ਪਿੰਡ ਦੀ ਜਿਹੜੀ ਆਬਾਦੀ ਕੋਈ 5,000 ਆ, 7,000 ਆ, 10,000 ਆ, ਉਹਨਾਂ 10,000 ਲੋਕਾਂ ਦੀ ਕੋਈ 5-7-10 ਬੰਦੇ ਜਿਹੜੀ ਜ਼ਮੀਨ ਉਹਦੀ ਆਮਦਨ ਖਾਧੀ ਜਾਣ। ਅਤੇ ਜਿੰਨੀ ਵੀ ਜ਼ਮੀਨ ਰਹਿੰਦੀ ਆ ਇਹ ਅਸੀਂ ਸਖਤੀ ਨਾਲ ਨਿਰਦੇਸ਼ ਜਾਰੀ ਕੀਤੇ ਆਪਦੇ ਅਧਿਕਾਰੀਆਂ ਨੂੰ, ਜਿਹੜਾ ਸਾਡਾ ਸ਼ਾਮ ਲਾਟ ਸੈੱਲ ਆ ਉਹਨੂੰ ਵੀ ਹੋਰ ਮਜ਼ਬੂਤ ਕਰਾਂਗੇ ਤਾਂ ਜੋ ਉਹਦੀ ਮਜ਼ਬੂਤੀ ਦੇ ਨਾਲ ਜਿੰਨੀ ਜ਼ਮੀਨ ਜਿਹੜੀ ਸਾਡੀ ਕਬਜ਼ੇ ਅਧੀਨ ਰਹਿ ਗਈ ਆ ਉਹ ਸਾਰੀ ਦੀ ਸਾਰੀ ਪੰਚਾਇਤ ਮਹਿਕਮੇ ਦੇ ਅਧੀਨ ਪੰਜਾਬ ਸਰਕਾਰ ਦੇ ਅਧੀਨ ਲਿਆਂਦੀ ਜਾ ਸਕੇ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਸਾਲ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਦੋਂ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ। ਅਤੇ ਪਿਛਲੇ ਸਾਲ 9,000 ਏਕੜ ਰਕਬਾ ਜਿਹੜਾ ਲੋਕਾਂ ਦੇ ਕਬਜ਼ਿਆਂ ਹੇਠੋਂ ਪੰਜਾਬ ਸਰਕਾਰ ਦੇ ਅਧੀਨ ਲਿਆਂਦਾ, 31 ਮਈ ਤੱਕ 1300 ਏਕੜ ਦੇ ਕਰੀਬ ਜਿਹੜਾ ਰਕਬਾ ਸੀ ਇਸ ਸਾਲ ਉਹ ਪੰਜਾਬ ਸਰਕਾਰ ਦੇ ਅਧੀਨ ਆਇਆ, ਅਤੇ ਅੱਜ 850 ਏਕੜ ਜਿਹੜਾ ਅੱਜ ਇੱਕੇ ਦਿਨ ਹੀ ਅੱਜ ਕਬਜ਼ਾ ਲਿਆ ਗਿਆ ਪੰਜਾਬ ਸਰਕਾਰ ਦੇ ਅਧੀਨ ਇਹ ਰਕਬਾ ਆ। ਅਤੇ ਇਹਦੇ ਤੋਂ ਪਹਿਲਾਂ ਲਗਭਗ 1 ਤਰੀਕ ਤੋਂ ਜਦੋਂ ਦਾ ਦਾਸ ਨੇ ਵਿਭਾਗ ਸੰਭਾਲਿਆ 250 ਏਕੜ ਦੇ ਕਰੀਬ ਪਹਿਲਾਂ ਵੀ ਰੋਜ਼ ਹੀ ਸਾਡੇ ਅਧਿਕਾਰੀ ਵੱਖ ਵੱਖ ਪਿੰਡਾਂ ਵੱਖ ਵੱਖ ਬਲਾਕਾਂ ਦੇ ਵਿੱਚ ਜਾ ਕੇ ਜਿਹੜੀ ਆਪਦੀ ਕਾਰਵਾਈ ਉਹ ਕਰਦੇ ਰਹੇ ਆ। ਅਤੇ 250 ਏਕੜ ਦੇ ਕਰੀਬ ਜ਼ਮੀਨ ਜਿਹੜੀ ਆ ਉਹ 1 ਤਰੀਕ ਤੋਂ ਲੈ ਕੇ ਕੱਲ੍ਹ ਤੱਕ ਜਿਹੜੀ ਸਾਡੀ ਪੰਜਾਬ ਸਰਕਾਰ ਦੇ ਅਧੀਨ ਆਈ ਆ। ਅਤੇ ਜਿਵੇਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਜੇ ਤਾਂ ਆਪੇ ਜ਼ਮੀਨ ਛੱਡ ਦੇਣਗੇ ਤਾਂ ਕੋਈ ਉਹਨਾਂ 'ਤੇ ਕਾਰਵਾਈ ਨਹੀਂ ਹੋਵੇਗੀ ਕਿਸਾਨ ਜਿਹੜੇ ਕਬਜ਼ਾ ਧਾਰਕ ਨੇ, ਅਤੇ ਜੇ ਨਹੀਂ ਛੱਡਦੇ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਨਾਲੇ ਪਰਚਾ ਅਤੇ ਨਾਲੇ ਖਰਚਾ, ਜਿੱਦਾਂ ਜਿੰਨਾ ਸਮਾਂ ਹੋ ਗਿਆ ਕਬਜ਼ਾ ਕੀਤੇ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਖਰਚਾ ਵੀ ਸਰਕਾਰ ਪਾ ਸਕਦੀ ਹੈ। ਇਸ ਕਰਕੇ ਬੇਨਤੀ ਹੈ ਜਿਵੇਂ ਡਡਿਆਲ ਪਿੰਡ ਦੇ ਅਤੇ ਹੋਰ ਵੀ ਕਈ ਪਿੰਡਾਂ ਦੇ ਲੋਕ ਆਪ ਅੱਗੇ ਆਏ ਆ, ਇਹਨਾਂ ਲੋਕਾਂ ਨੇ ਇਹ ਕਿਹਾ, ਇਹ ਮੇਰੇ ਭਰਾ ਨੇ ਸਾਰੇ ਜਿਨ੍ਹਾਂ ਨੇ ਜ਼ਮੀਨਾਂ ਅੱਜ ਪੰਜਾਬ ਸਰਕਾਰ ਨੂੰ ਦਿੱਤੀਆਂ, ਅਤੇ ਖੁਦ ਕਹਿੰਦੇ ਆ ਕਿ ਵੇਖੋ ਜੇ ਕਿਸੇ ਦਾ ਅਸੀਂ ਹੱਕ ਖਾਵਾਂਗੇ ਭਾਵੇਂ ਸਰਕਾਰ ਦਾ ਅਤੇ ਭਾਵੇਂ ਕਿਸੇ ਵਿਅਕਤੀ ਦਾ, ਅਤੇ ਉਹਦਾ ਹੱਕ ਖਾਣ ਨਾਲ ਸਾਡੀ ਆਪਦੀ, ਇਹ ਆਪ ਕਹਿੰਦੇ ਕਿ ਸਾਡੀ ਆਪਦੀ ਜ਼ਮੀਨ ਦੇ ਵਿੱਚ ਵੀ ਬਰਕਤ ਨਹੀਂ ਰਹਿੰਦੀ ਰਹੀ, ਅਸੀਂ ਜੇ ਪੰਜਾਬ ਸਰਕਾਰ ਦੀ ਜ਼ਮੀਨ ਖਾਧੀ ਹੈ ਤਾਂ ਸਾਡੀ ਆਪਦੀ ਜ਼ਮੀਨ ਦੇ ਪੈਸੇ ਵੀ ਗਲਤ ਪਾਸੇ ਹੀ ਲੱਗਦੇ ਰਹੇ ਆ, ਭਾਵੇਂ ਉਹ ਕਿਸੇ ਪਾਸੇ ਖਰਚ ਹੋ ਗਏ ਜਾਂ ਮੁੰਡੇ ਨੇ ਗੱਡੀ ਲੈ ਲਈ ਕੋਠੀ ਪਾਲੀ ਜਾਂ ਉਹ ਬਿਮਾਰੀ 'ਤੇ ਲੱਗ ਗਏ, ਕਿ ਅਸੀਂ ਆਪਦੀ ਜ਼ਮੀਨ 'ਤੇ ਜਿਹੜੀ ਇਹ ਪੰਚਾਇਤੀ ਜ਼ਮੀਨ ਇਹਦੇ ਨਾਲ ਕੋਈ ਜਾਇਦਾਦ ਨਹੀਂ ਬਣਾਈ, ਇਹਦੇ ਨਾਲ ਕੋਈ ਅਸੀਂ ਸੁੱਖ ਦੀ ਰੋਟੀ ਨਹੀਂ ਖਾਧੀ, ਕਿਉਂਕਿ ਜਦੋਂ ਵੀ ਆਪਾਂ ਵੇਹਨੇ ਹਾਂ ਜਦੋਂ ਕੋਈ ਕਿਸੇ ਦਾ ਹੱਕ ਖਾਂਦਾ ਇਹ ਸਾਰੀ ਜ਼ਮੀਨ ਪੰਜਾਬ ਦੇ ਲੋਕਾਂ ਦੀ, ਇਹ ਪੰਜਾਬ ਦੇ ਲੋਕਾਂ ਦਾ ਹੱਕ ਆ ਜਿਹੜੀ ਇਹ ਜ਼ਮੀਨ ਹੈ ਪੰਚਾਇਤੀ ਜ਼ਮੀਨ। ਹਾਈਟੈਕ ਨਾਕਾ ਗੋਇੰਦਵਾਲ ਪੁਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਰਾਹਗੀਰ ਪਰਿਵਾਰ ਵੱਲੋਂ ਨਾਕੇ 'ਤੇ ਮੌਜੂਦ ਪੁਲਿਸ ਕਰਮੀਆਂ 'ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਅਤੇ ਜਿਸ ਵਿੱਚ ਪੰਜਾਬ ਪੁਲਿਸ ਦਾ ਕਰਮਚਾਰੀ ਗੁੰਡਾਗਰਦੀ ਦਾ ਨੰਗਾ ਨਾਚ ਕਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ, ਜਿਸ ਦੌਰਾਨ ਉਕਤ ਮੁਲਾਜ਼ਮ ਸਿਵਲ ਵਰਦੀ ਵਿੱਚ ਉਕਤ ਨੌਜਵਾਨ ਦੀ ਕੁੱਟਮਾਰ ਕਰ ਰਿਹਾ, ਅਤੇ ਵੀਡੀਓ ਵਿੱਚ ਇੱਕ ਵਿਅਕਤੀ ਜਿਸਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ, ਜਿਸ ਵਿੱਚ ਇੱਕ ਔਰਤ ਵੀ ਪੁਲਿਸ ਕਰਮੀਆਂ ਦੇ ਹਾੜੇ ਕੱਢਦੀ ਦਿਖਾਈ ਦੇ ਰਹੀ ਹੈ। ਉਕਤ ਵਿਅਕਤੀ ਸਮੇਤ ਇਸ ਮਾਮਲੇ ਵਿੱਚ ਉਕਤ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜੋ ਕਿ ਗੋਇੰਦਵਾਲ ਦੇ ਇੱਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਗੱਲ ਭਾਈ ਕੁਛ ਨਹੀਂ ਹੋਈ, ਗੱਲ ਅਸੀਂ ਜਾਣ ਡਏ ਸੀਗੇ ਨਕੋਦਰ ਮੱਥਾ ਟੇਕਣ, ਅਤੇ ਭਾਅ ਜੀ ਉੱਥੇ ਨਾ ਅਗਲੇ ਪਾਸੇ ਦਰਿਆ ਤੋਂ ਅਗਲੇ ਪਾਸੇ ਥਾਣਾ ਹੈ ਨਾ ਜਿਹੜਾ ਨਾਕਾ, ਉੱਥੇ ਉਹਨਾਂ ਨੇ ਰੋਕਿਆ ਆ,
तो उन्हें बचकाए रोक रहे छड़क रहे, तो मैं थोड़ा जहा अगे करके मैं भी मैं सैड पर कर लैन दो, तो सैड पर किया मैं, तो मैं कहते भी कागज़ कढ अपने, तो मैं कागज़ कढ़ना, मैं चाबी के कागज़ कढ़न डे पहला औखा जहा बोले भाई मेरे नाल नाल दी मेरी तो लक दो पट्टी की वो उतरी नहीं गई छेती, तो मैं कहता उतरदा नहीं है थले, तो बाद मैं भाजी वे लक दुखता उतर लैन दो फिर ही मैं उतरूँगा, तो फिर इतरी तो मैं थले उतर मैं अपना परना ला के उत्थे रखता, तो उन्हें की किया वा मैं कहता कागज़ दिखाओ, कागज चाबी कढ़ी है कागज दिखा डे पे, मैं अपनी आर सी अजे क्ढ ही रहा वा, तो वो दूसरा कागज दिखाया वा जिहड़ा हुंदी नहीं अपने को इंश्योरेंस इंश्योरेंस कढ़ी, कहिंदा मेरे नाल दी नूं कहिंदा भी इंश्योरेंस नहीं चाहिए लाइसेंस तो अपना आर सी चाहिए, मैं भाजी चोरी का नहीं है साडा अपना खुद है आहो, तो मैं वो बोले मैं भाजी मैं मेरे ना गल करो जी गल करनी तुम मेरी वाइफ ना गल करो, मैं गाड़ी कहता बोलता कहना बोलन तेन बोलने की तमीज नहीं हैगी, तो मैं भाई कोई गल नहीं की डॉक्यूमेंट भाजी है मेरे को ड्यूटी आ गए असीं हर व्यक्ति नूं चेक करदे आं फिजिकल तौर ते, कोई भी किसी का बैग जां कोई समान हुंदा तां उहनूं चेक कीता जांदा है। एक व्यक्ति आ रहा सीगा उसनू साडे हैड कांस्टेबल चरणजीत कौर ने उन्होंने रोकया, मैं थोड़ी दूरी पर खड़ा सी और उस व्यक्ति ने उत्थे रुकदिया सार ही उस लड़की जिहड़े साडे हैड कांस्टेबल सीगे उन्हों गाली गलोच करना शुरू कर दिता कि मैं कोई चोर नहीं, तुसी मैनू किदां रोक लिया, की अधिकार तुहानू रोकण दा। सो इस करके वह बहुत ज़्यादा उच्ची आवाज़ के गल कर रहा है, साढ़े जो मुलाजम गए उत्थे उन्होंने समझाने वास्ते उन्होंने हथों पाई हो गया, उन्होंने नाल धक्के धुके मार लग पे चपेड़ा मार लग पाया, उस तो बाद जो मैं भी उत्थे गया उन्होंने समझाने की कोशिश की उन्हें मेरे नाल भी हथों पाई हो गया, मैनू धक्के धुके मारने शुरू कर दते जी। मेरा नाम डॉक्टर सूरज शर्मा है, साढ़े को साढ़े 11 बजे के करीब साढ़े बारह बजे के करीब तीन पुलिस मुलाजम जोड़े आटा लगन कारण दाखिल हुए हैं, तो उन्होंने नाम है सतनाम सिंह सन ऑफ साधु सिंह, दयाल चंद सन ऑफ तीरथ राम, तो जशनदीप सिंह सन ऑफ अमरपाल सिंह, इन्हों की तिना की एम एल आर प्रिपेयर की गई है, तो फरदर इन सर्जिकल या स्पैशलिस्ट ओपीनियन लैके उस वास्ते उन्होंने सिविल हॉस्पिटल कपूरथला भेजा जाएगा। ਫਿਰੋਜ਼ਪੁਰ ਦੇ ਪਿੰਡ ਕਰਮੂਵਾਲਾ ਵਿੱਚ ਇੱਕ ਮਹਿਲਾ ਸਰਪੰਚ ਨੇ ਪੁਲਿਸ 'ਤੇ ਗੁੰਡਾਗਰਦੀ ਕਰਨ ਦੇ ਆਰੋਪ ਲਗਾਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਮਹਿਲਾ ਸਰਪੰਚ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਹ ਪਿੰਡ ਕਰਮੂਵਾਲਾ ਦੀ ਸਰਪੰਚ ਹੈ ਅਤੇ ਕੁਝ ਲੋਕ ਉਸ ਤੋਂ ਸਰਪੰਚੀ ਖੋਣਾ ਚਾਹੁੰਦੇ ਹਨ, ਜਿਸ ਕਰਕੇ ਵਾਰ ਵਾਰ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਅਤੇ ਸਭ ਆਪ ਵਿਧਾਇਕ ਰਜਨੀਸ਼ ਦਹੀਆ ਦੀ ਸ਼ਹਿ 'ਤੇ ਕੀਤਾ ਜਾ ਰਿਹਾ ਹੈ ਅਤੇ ਹੁਣ ਤਾਂ ਲੋਕਾਂ ਨੂੰ ਇਨਸਾਫ਼ ਦੇਣ ਵਾਲੀ ਪੁਲਿਸ ਵੱਲੋਂ ਵੀ ਉਹਨਾਂ ਨਾਲ ਗੁੰਡਾਗਰਦੀ ਕੀਤੀ ਗਈ, ਘਰ ਦੀਆਂ ਕੰਧਾਂ ਟੱਪ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਹਨਾਂ 'ਤੇ ਝੂਠਾ ਪਰਚਾ ਪਾ ਕੇ ਉਹਨਾਂ ਨੂੰ ਨਜਾਇਜ਼ ਫਸਾਉਣਾ ਚਾਹੁੰਦੀ ਹੈ। ਸੁਖਜਿੰਦਰ ਕੌਰ, ਸੁਖਜਿੰਦਰ ਕੌਰ ਸਰਪੰਚ ਪਿੰਡ ਕਰਮੂਵਾਲਾ। ਹਾਂਜੀ, ਕੀ ਹੋਇਆ ਜਿਹੜੀ ਤੁਹਾਡੇ ਕੁੱਟਮਾਰ ਕੀਤੀ, ਕਿਹਨਾਂ ਨੇ ਕੀਤੀ, ਕੀ ਵਜ੍ਹਾ? ਮੇਰੀ ਕੁੱਟਮਾਰ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੈ। ਕੀ ਗੱਲ? ਸਾਡੇ ਤਾਂ ਵੀਰ ਜੀ ਅੱਗੇ ਵੀ ਅੱਜ ਤੋਂ 1 ਸਾਲ ਪੁਰਾਣੀ ਜਦੋਂ ਨਵੀਂ ਸਰਕਾਰ ਆਮ ਪਾਰਟੀ ਦੀ ਬਣੀ ਸੀ, ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਾਂ ਤੇ ਉਹ ਰੰਜਿਸ਼ ਆਣ ਕੇ ਪਿੰਡ ਦੇ ਜਿਹੜੇ ਆਮ ਪਾਰਟੀ ਦੇ ਬੰਦੇ ਨੇ ਉਹ ਰੰਜਿਸ਼ ਦਈਆ ਨੂੰ ਜਾ ਕੇ ਸਾਡੇ ਬਾਰੇ ਗਲਤ ਖਬਰਾਂ ਦਿੰਦੇ ਨੇ, ਉਹਨੇ ਸਾਡੇ ਘਰੇ ਪੁਲਿਸ ਭੇਜੀ, ਕਾਫੀ ਪੁਲਿਸ ਆਈ, 20-25 ਬੰਦੇ ਹੋਣਗੇ ਤੇ ਉਹ ਮੇਰੇ ਉਹ ਸਾਡੀਆਂ ਕੰਧਾਂ ਤੇ ਚੜ ਗਏ, ਛੱਤਾਂ ਤੇ ਚੜੇ, ਫਿਰ ਅਸੀਂ ਘਰ ਦੇ ਵਿੱਚ ਮੌਜੂਦ ਨਹੀਂ ਸੀ, ਮੌਜੂਦ ਨਾ ਹੋਣ ਕਾਰਨ ਛੱਤਾਂ ਛੁੱਤਾਂ ਤੇ ਚੜ ਕੇ ਸਾਰੇ ਲੰਪਦੇ ਰਹੇ ਨੇ, ਤੇ ਵੀ ਬਾਅਦ ਵਿੱਚ ਉਹ ਘੰਟਾ ਡੇਢ ਉਹਨਾਂ ਪੂਰਾ ਗੁੰਡਾਗਰਦੀ ਉੱਥੇ ਕੀਤੀ ਹੈ, ਗੁੰਡਾਗਰਦੀ ਤੋਂ ਬਾਅਦ ਉਹ ਫਿਰ ਉਹ ਚਲੇ ਗਏ ਨੇ, ਉਸ ਤੋਂ ਬਾਅਦ ਫਿਰ ਅਸੀਂ ਚੈਨਲ 'ਤੇ ਉਹਨਾਂ ਦੀ ਖਬਰ ਲਾਈ ਹੈ, ਖਬਰ ਲਾਉਣ ਕਰਕੇ ਸਾਡੇ ਨਾਲ ਉਸ ਤੋਂ ਵੀ ਜ਼ਿਆਦਾ ਸਾਡੇ ਵੈਰ ਪੈ ਗਏ ਖਬਰ ਲਾਉਣ ਕਾਰਨ। ਮੈਂ ਸਰਪੰਚਾ ਪਿੰਡ ਕਰਮੂਵਾਲੇ ਦੀ ਮੇਰੇ ਤੋਂ ਸਰਪੰਚੀ ਖੋਣ ਦੇ ਬਾਵਜੂਦ ਇਹ ਤਾਂ ਕਰਦੇ ਪਏ ਸਾਰਾ ਕੁਝ ਵੀ ਇਹ ਕਾਂਗਰਸ ਦੀ ਸਰਪੰਚ ਹੈ, ਅਸੀਂ ਇਹਨੂੰ ਸਰਪੰਚ ਨਹੀਂ ਰਹਿਣਾ ਦੇਣਾ ਚਾਹੁੰਦੇ, ਅਸੀਂ ਇਹਨੂੰ ਸਰਪੰਚੀ ਤੋਂ ਲਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ 21 ਫਰਵਰੀ ਨੂੰ 2023 ਨੂੰ ਸਾਡੇ ਘਰੇ ਅਚਾਨਕ ਪੁਲਿਸ ਆਈ, SHO ਆਪ ਆਏ ਨਾਲ,
उन्होंने आन के यह खेत गए हुए मेरे हसबेंड ये खेतों घर आए ने उन्होंने कहा साढ़े सर्च परंट है उन्हें साडा सारे घर की तलाशी की है साढ़े घर कोई चीज़ भी बरामद नहीं हुई उन्होंने 45 बोतल शराब दियाँ पा के इन्हों झूठा परचा करके इन्हों अंदर करता उस तो बाद हूँ फिर साढ़े घर वार वार कभी सरपंची का कोई दरखास्त दवा देंगे ने कभी कोई दवा देंगे ने भी तू सू कहें भी तू सरपंची लिख के दे तेन कुछ नहीं कहें पर मैं सरपंची लिख के नहीं देती बड़ी औखी सरपंची ली मैं झूठ है बिल्कुल गलत है ना तो मैं उन्होंने जानता पहली गलत कि कौन ने और दूजी गल है कि हाँ मेरी इमेज न बर्बाद करने या मेरी इमेज न खराब करने कुछ लोग है जिहड़ा कि मेरा नाम वरत रहे हैं बाकी यह कोई गल नहीं है याद होएगा कि मान्योग सीएम साहब ने एक बयान जारी किया कि आम आदमी पार्टी की साड़ी सरकार जी है पुलिस के किसी भी काम के दखलअंदाजी नहीं करेगी और ना ही असी करते हैं ना असी अज तक किसी भी पुलिस के काम के सिविल प्रशासन के काम के दखलअंदाजी की है ना करते और ना ही कदे करा पुलिस ने अपना काम करना जो पुलिस उन्होंने को गई है तो हो सकता कि पुलिस कोई ना कोई इनपुट आई होगी उन्होंने पुलिस के खिलाफ उन्होंने मैं सगो जे भी सरपंच साहब साढ़े बोल रहे हैं मैं उन्होंने अपील कराँगा कि जे पुलिस ने थोड़े न कोई वधीकी की है तो तुम पुलिस के खिलाफ थोड़े को सीसीटीवी कैमरा जिम्मे दस रहे हो उन्होंने को एविडेंस है रिकॉर्ड है तो एस एस पी साहब न एप्लीकेशन दो मैं एस एस पी साहब को कहूँगा कि जे इन्हों धक्का आया तो इन्हों का पक्ष सुन के जो दोषी मुलाजम ने चाहे वह पुलिस मुलाजम है कोई भी उन्होंने खिलाफ कार्रवाई करा अज सवेरे तड़कसारी 8 बजे के करीब माल विभाग पंचायत विभाग और पंजाब पुलिस के अधिकारी वड्डी गिनती विच हलका खेमकरन के पिंड सूरविंड विच पहुंचे तो लोगों वालों किए गए पंचायती जमीन के कब्जे हटाने का काम शुरू किया हलका विधायक सरवण सिंह धुन की अगवाई विच महकमा एक्शन मूड विच नज़र आ रहा है पंचायती जमीन के कब्जे छुड़वाए जा रहे हैं पिंड कि जी पहली छुड़ाई जा रही है कब्जे छुड़ाए जा रहे अजा भी थान बच आ कि गया जी ਗੁਰਨੇਕ ਸਿੰਘ ਕਾਨੂੰਗੋ ਰੈਵੀਨਿਊ ਡਿਪਾਰਟਮੈਂਟ ਅਸੀਂ ਅੱਜ ਦਫ਼ਤਰ ਬਲਾਕ ਵਿਕਾਸ ਪੰਚਾਇਤ ਅਫਸਰ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਅਤੇ ਤਹਿਸੀਲਦਾਰ ਪੱਟੀ ਵੱਲੋਂ ਦਰਖਾਸਤ ਮਾਰਕ ਹੋ ਕੇ ਅਸੀਂ ਪਿੰਡ ਸੂਰਵਿੰਡ ਵਿਖੇ ਨਿਸ਼ਾਨਦੇਹੀ ਪੰਚਾਇਤ ਦੇ ਕਰਨ ਪੁੱਜੇ ਹਾਂ ਇਸ ਤੋਂ ਬਾਅਦ ਅਸੀਂ ਨਾਲ ਸਾਡੇ ਵਿਕਾਸ ਦੇ ਦਫ਼ਤਰ ਵਿਕਾਸ ਪੰਚਾਇਤ ਦੇ ਅਫਸਰ ਵੀ ਨਾਲ ਹੈ ਪੁਲਿਸ ਪ੍ਰਸ਼ਾਸਨ ਵੀ ਨਾਲ ਹੈ ਮੌਕੇ 'ਤੇ ਅਸੀਂ ਪੱਕੀਆਂ ਬੁਰਜੀਆਂ ਲਗਾ ਤੋਂ ਸ਼ੁਰੂ ਹੋ ਕੇ ਡੀ ਸੀ ਪੀ ਐਸ ਮਸ਼ੀਨ ਰਾਹੀਂ ਅਸੀਂ ਨਿਸ਼ਾਨਦੇਹੀ ਸ਼ੁਰੂ ਕੀਤੀ ਜਿਹੜੀ ਕਿ ਅਸੀਂ ਕੱਚੀਆਂ ਬੁਰਜੀਆਂ ਮੌਕੇ 'ਤੇ ਲਗਾ ਦਿੱਤੀਆਂ ਸਾਰੀਆਂ ਅਤੇ ਕੋਈ ਪ੍ਰਸ਼ਾਸਨ ਕੋਈ ਮਜਾਮਤ ਕੋਈ ਨਹੀਂ ਹੋਈ ਜੀ ਕਿੰਨੀ ਕੁ ਕਰੀਬ ਜ਼ਮੀਨ ਜਿਹੜੀ ਜੀ ਕਾਬਜ਼ ਕਰਨ ਤੋਂ ਛੁਡਾਈ ਗਈ ਹੈ ਇਹ 9 ਏਕੜ ਲਗਭਗ ਇਹਦੀ ਜ਼ਮੀਨ ਹੈਗੀ ਹੈ ਕਿੰਨੀ ਪੂਰੀ ਜ਼ਮੀਨ ਕਿੰਨੀ ਸੂਰ ਵੜ ਦੀ ਪੂਰੀ ਜਮ੍ਹਾਂਬੰਦੀ ਤੋਂ ਪਤਾ ਲੱਗ ਸਕਦਾ ਵੀ ਕਿੰਨੀ ਹੈ ਪੂਰੀ ਸਿਵਲ ਜ਼ਮੀਨ ਹੈਗੀ ਹੈ ਅੱਜ ਕਿਸੇ ਵੱਲੋਂ ਵਿਰੋਧ ਤਾਂ ਨਹੀਂ ਕੀਤੀ ਗਈ ਨਹੀਂ ਕੋਈ ਵਿਰੋਧ ਵਾਲਾ ਕੋਈ ਅਧਿਕਾਰੀ ਨਹੀਂ ਆਇਆ ਜਿਹੜੇ ਜ਼ਮੀਨ ਸਾਰੀ ਪੰਚਾਇਤ ਦੀ ਹਾਂਜੀ ਪੰਚਾਇਤ ਵਿਭਾਗ ਦੀ ਜ਼ਮੀਨ ਕੋਈ ਘਰ ਵੀ ਆ ਰਿਹਾ ਵਿੱਚ ਦੀ ਘਰ ਇੱਕ ਘਰ ਆ ਰਿਹਾ ਜੀ ਥੋੜ੍ਹਾ ਜਿਹਾ ਉਹਨਾਂ ਨੂੰ ਦੱਸਿਆ ਗਿਆ ਨੋਟਿਸ ਵਗੈਰਾ ਦੇ ਦਿੱਤਾ ਹਾਂਜੀ ਅਸੀਂ ਚੌਂਕੀਦਾਰ ਰਾਹੀਂ ਸੁਲੱਖਣ ਸਿੰਘ ਰਾਹੀਂ ਸਾਰੇ ਪਿੰਡ ਵਿੱਚ ਲੋ ਸਪੀਕਰ ਰਾਹੀਂ ਪਹਿਲਾਂ ਹੀ ਸੂਚਿਤ ਕਰਕੇ ਦਿੱਤਾ ਸੀ ਕਿ ਇਸ ਦਿਨ ਅਸੀਂ ਨਿਸ਼ਾਨਦੇਹੀ ਕਰਨ ਪੁੱਜਾਂਗੇ ਜੀ ਕੀ ਅਪੀਲ ਕਰਨੀ ਜਾਓਗੇ ਅਸੀਂ ਤਾਂ ਇਹੋ ਆਖਾਂਗੇ ਜਿਹੜੀ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਸਰਦਾਰ ਲਾਲ ਜੀ ਭੁੱਲਰ ਜੀ ਨੇ ਕੈਬਨਿਟ ਮੰਤਰੀ ਪੰਜਾਬ ਜੀ ਨੇ ਠੀਕ ਹੈ ਜੀ ਉਸ ਉਹਨਾਂ ਦੀ ਰਹਿਨਮਾਈ ਹੇਠ ਜਿਹੜੀ ਚੱਲ ਰਹੀ ਹੈ ਅਤੇ ਉਹ ਸਭ ਸਾਰਿਆਂ ਨੂੰ ਅਪੀਲ ਕਰਾਂਗੇ ਜ਼ਿਮੀਂਦਾਰਾਂ ਭੈਣ ਭਰਾਵਾਂ ਨੂੰ ਕਿ ਆਪੋ ਆਪਣੇ ਜਿਹੜੇ ਕਬਜ਼ੇ ਨਜਾਇਜ਼ ਛੱਡ ਕੇ ਸਰਕਾਰ ਦੇ ਜ਼ਮੀਨ ਉਹਨਾਂ ਦੇ ਹਵਾਲੇ ਕੀਤੀ ਜਾਵੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲੀਆ ਨੇ ਕਾਰਪੋਰੇਸ਼ਨ ਬਟਾਲਾ ਅਤੇ ਤਹਿਸੀਲ ਬਟਾਲਾ ਵਿੱਚ ਆਪਣੇ ਸਾਥੀਆਂ ਸਮੇਤ ਜਾ ਕੇ RTI ਦੀ ਮੰਗ ਕੀਤੀ ਅਤੇ ਰਾਜਾ ਵਾਲੀਆ ਨੇ ਕਿਹਾ ਹੈ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਕਿ ਅਫਸਰਾਂ ਦੀ ਮਿਲੀ ਭੁਗਤ ਕਰਕੇ ਬਟਾਲਾ ਵਿੱਚ ਜਾਲੀ ਰਜਿਸਟਰੀਆਂ ਕੀਤੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਸੀਂ ਉਹਨਾਂ ਦੇ ਨਾਲ ਹਾਂ ਪਰ ਕੁਝ ਸਰਕਾਰੀ ਅਧਿਕਾਰੀਆਂ ਵੱਲੋਂ ਭ੍ਰਿਸ਼ਟਾਚਾਰ ਬੰਦ ਨਹੀਂ ਕੀਤਾ ਜਾ ਰਿਹਾ ਆ ਜਿਹੜਾ ਸੰਗਠਨ ਇਕੱਠਾ ਹੋ ਗਿਆ ਸ਼ਿਵਸੈਨਾ ਹਿੰਦੁਸਤਾਨ ਵੱਲੋਂ ਅਸੀਂ ਆਏ ਹਾਂ ਸਾਨੂੰ ਪਤਾ ਲੱਗਾ ਕਿ ਜਿਹੜਾ ਤਹਿਸੀਲ ਦਾ ਤਹਿਸੀਲ ਦੇ ਅੰਦਰ ਜਿਹੜੀਆਂ ਰਜਿਸਟਰੀਆਂ ਹੋ ਰਹੀਆਂ ਉਹਦੇ 'ਚ ਕੁਝ ਜਿਹੜੀਆਂ NOCs ਜਿਹੜੀਆਂ ਜਾਲੀ ਲਾਈਆਂ ਗਈਆਂ ਉਹਦਾ ਰਿਕਾਰਡ ਤਾਂ ਆਪਾਂ ਤਕਰੀਬਨ ਸਾਰਾ ਇਕੱਠਾ ਕਰ ਲਿਆ ਪਰ ਆਪਾਂ ਚਾਹੁੰਦੇ ਸੀ ਕਿ ਸਾਡੇ ਕੋਲ ਲੀਗਲ ਜੋ ਵੀ ਸਾਡਾ ਮਤਲਬ ਕਿ ਪ੍ਰੋਸੀਜਰ ਵਾਈਜ਼ ਸਾਡੇ ਕੋਲ ਸਰਕਾਰੀ ਰਿਕਾਰਡ ਹੋਣਾ ਚਾਹੀਦਾ ਉਹਦੇ ਵਾਸਤੇ ਅਸੀਂ ਅੱਜ ਜਿਹੜਾ ਵਾ ਇਹਨਾਂ ਕੋਲ ਸਾਰਾ ਰਿਕਾਰਡ ਮੰਗਣ ਵਾਸਤੇ RTI ਅਪਲਾਈ ਕਰਨਾ ਹੈ ਕਿਉਂ ਅਪਲਾਈ ਕੀਤੀ RTI ਕੀ ਹੈ ਕੀ ਹੈ
जो सानू सूत्रा तो पता लगा जा कुछ कुछ लोग जो साढ़े को आ रहे हैं बार बार काफ़ी लोग आते हैं वो कहते भी साढ़े को जे तहसील के पूरे टका के पैसे ले जा रहे हैं NOC तो बिना रजिस्ट्रिया करने वास्ते अज आप इन्हों को यह रिकॉर्ड मंगना आए हैं भी जिहड़ियां NOC रजिस्ट्रिया हुई किनिया जिहड़ियां बिना NOC तो रजिस्ट्रिया हुई किनिया क्योंकि तुम वेख रहे हो अपना CM साहब साडे पूरे वधिया तरीके नाल इस वेले भ्रष्टाचार के खिलाफ लड़ाई लड़ रहे हैं तो आप भी अपना फर्ज समझा भी आप CM साहब के नाल जिहड़ा वा इस चीज़ के मोटा ना मोटा रला के आप चलेंगे जिहड़ी सारी करा के रिकॉर्ड जिहड़ा वा आप CM साहब तक पहुँचावे। शिव सेना दोस्तान संगठन मंत्री पंजाब अचलीगढ़ बटाला के प्रधान रजिंदर सिंह वालिया उर्फ राजा वालिया उन्हें एक RTA अप्लाई करने वास्ते संगठन समेत आए हैं। RTA उन्हें मांग की है भी एक पाँच 2022 तो लैके 1/6/2023 तक कि रजिस्ट्रियाँ बैनामे की गई कि रजिस्ट्रियाँ NOC 29 करके हुए कि NOC के बिना हुई हैं वेरवा दिता जाए। दो नंबर ही नहीं जो लैके आए पार्टी लैके आती है वो वेरीफाई हुई होती है वो NOC नाल। लुधियाना के सिविल लाइन माधव बाग ने अपना आयुर्वेदिक थैरेपी सेंटर खोले जिसके शानदार उद्घाटन मौके पहुंचे विधायक मनप्रीत आली ने आयुर्वेदिक दवाई को सब तो पूर्वी दवाई दसदियां अपने तजर्बे पत्रकारों नाल सांझे किए अते भाजपा आगू राशि अग्रवाल ने भी इस मौके पर पहुँच के आयुर्वेदिक मैडिकल सेंटर के खुलन से परिवार को वधाई भी दी। पेश है लुधियाना तो साढ़े पत्रकार अजय पावा की यह रिपोर्ट। देखो आयुर्वेदा जी मेडिसन हैगी है आयुर्वेदा है साडा जिहड़ा ये प्राणी जी सदियाँ पुरानी साड़ी ना एक तरह की यह साइंस ला लो ना जिस तरह इलाज जड़ी बूटिया के नाल दवाइया तैयार करके किया जाता सीगा ठीक अज एलोपैथी आ गई आ लेकिन अज के समय के भी मैं देखा कि बहुत सारे इलाज ने जोड़े तो असं अक्सर समाज के विचरते हैं तो कई इदा दमारिया ने भी जिन्हों का इलाज एलोपैथिक है ही नहीं गा तो कई होम्योपैथिक कई आयुर्वेदा आयुर्वेदिक सो अज मेरे नज़दीकी परिवार है अपने जसविंदर सिंह जी इन्हों के धर्म पत्नी ने साढ़े भैन जी सुरेंद्र कौर जी वालों जो अज इतने शुरू किया गया ये माधव बाग जो एक काफ़ी वड्डी चेन हैगी आयुर्वेदा की पूरे इंडिया के लेकिन पंजाब इन्होंने 5 क्लीनिक खोले जिदे एक लुधियाने के अच्छ खोलिया गया सो मैं वधाई भी दिना तो मैं आस करदा क्योंकि जो मैं दस्या गया कि इन्हों का जिहड़ा ट्रीटमेंट किसी करन दा ढंग हैगा पेशेंट का कि उन्होंने जिहड़ा लाइफ स्टाइल चेंज करना उन्होंने डाइट प्लान देना एक्सरसाइज थैरेपीज ने जिहड़ियां सो वो सारिआं दे नाल ही जिहड़ा उन्हों का इलाज करते हैं सो एक बहुत वधिया गल हैगी क्योंकि अज के समय के हैल्थ तो उपर कुछ नहीं पिछे करोना तो बाद तो लोगों ने काफ़ी इस गल अहसास किया कि सब तो जरूरी हेल्थ आजक लाइफ बड़ी फास्ट हो चुकी है ना वो हर बंदा बड़ा बिजी हैगा वा असी अपनी सेहत वल ध्यान नहीं देंगे सो सब तो जरूरी मैं समझता कि हेल्थ हैगी सानू सारिआं नू इस पासे ध्यान देने की लोड़ अपनी डाइट रेगुलर एक्सरसाइज तुहाडी रूटीन सो बहुत गल्लां तुहाडे वस ने कुछ कुदरत दे वस भी है लेकिन ठीक है बहुत कुछ तुसी आप कंट्रोल कर सकते हो ना साडे लाइफ स्टाइल ते साडे खाने पीने ते बहुत चीज़ां ये डिपेंड करदियां ने। आज जो समय है आज आप देखिए तिल तिल मृत्यु की अंतिम क्षणों में जब शरीर बुरी तरह सुइयों से गुदा रहता है आज सामान्य हम बड़ा आम हो गया है हॉस्पिटलों में मृत्यु की मांग करता हुआ आज का प्राणी बहुत ही आम सी बात हो गई है। बधाई इसलिए कहती हूँ कि हमारे इस धरती का जो ऋषियों मुनियों की वर्षों की तपस्या का जो प्रसाद है आयुर्वेद आज का समय जहाँ 21 जून आगामी समय जहाँ हम योग के प्रति एक दूसरे को हम आज हमारा राष्ट्र समूचे विश्व को आज जागरूक कर रहा है इसी की मैं कहूँगी आयुर्वेद चिकित्सा भी
उसी श्रेणी में भारत की जमीन से जब इसे जब हम अपने ही स्वास्थ्य की तकनीकों को जब हम अपनाएंगे और जब जब हम अंग्रेजी दवाओं की तरफ आज जा रहे हैं, ऐसे समय में विशेष धन्यवाद देती हूँ श्रीमती सुरेंद्र कौर जी को, जिन्होंने आज यहाँ बेहद खूबसूरत एक आयुर्वेदिक चिकित्सा केंद्र जो कि आज लुधियाना वासियों के लिए विशेषकर विजयानंद हॉस्पिटल के नज़दीक कॉलेज रोड पर यहाँ आज उन्होंने इसकी इनॉग्रेशन है। अवश्य कहूँगी इसके इनॉग्रेशन से जहाँ पर ये केवल मैं ये कहूँगी ये एक आय का साधन मात्र नहीं, इसे मैं सेवा के क्षेत्र में स्वास्थ्य के क्षेत्र में जो हमारे मुनियों ने कहा कि सबसे पहला सुख निरोगी काया, फिर दूसरा सुख कहा है खर्चन को माया। तो आज यहाँ से ये संकेत ये संदेश सभी की ओर जाता है कि सर्वप्रथम इस ज़मीन की जो हमारी जड़ी बूटियों की जो संजीवनी है आप उस और लौटें और स्वास्थ्य जो जिस प्रकार से हमने नदियाँ हमने प्रदूषित कर दी, हवा प्रदूषित कर दिया, स्थल प्रदूषित कर दिया, आइए आयुर्वेद के इस छोटे से इस प्रयास के साथ इस तकनीक के साथ हम स्वयं भी स्वस्थ हों और स्वास्थ्य लाभ करके स्वास्थ्य की जो हमारी ज़रूरत है उसको प्रकृति के स्वास्थ्य के साथ भी जोड़कर दोनों क्षेत्र में हम विवेक बुद्धिजीवी के साथ हम इस ओर कारगर हों। हलका सेंट्रल दे विधायक अशोक पराशर पप्पी की अगवाई हेठ सुंदरनगर विखे गलिया ते सड़कां दा 42,59,000 दी लागत नाल बनन वालियां सड़कां दा उद्घाटन किया गया। इस मौके उन्होंने कहा कि काफ़ी समय तो लोगों की मंग सी कि इस सड़क का निर्माण किया जाए जिस कारण लोगों नूं भारी परेशानी का सामना करना पैंदा सी। लोगों दी मुश्किलां नूं वेखदे हुए उन्हां दी समस्या का हल किया गया ते उन्होंने कहा कि इलाके विच किसी भी प्रकार की किसी भी व्यक्ति नूं मुश्किल पेश नहीं आउण दित्ती जाएगी ते हर समस्या का हल पहल दे आधार ते किया जाएगा। सुंदरनगर दीआं जिहड़ीआं गलियां ने ते मेन सड़क आ अपने शिव मंदिर वाली ये पैलेस तक बननी है 42,59,000 का काम आ। ये बहुत देर की लोगों की मंग सी क्योंकि इत्थे आवाजाई बहुत रहिंदी आ। ये सुंदरनगर वाकई सुंदर बनना चाहिए वा, सिर्फ नाम दे विच नहीं है, पिछले समयां च नाम च रहा वा, हुण ये सुंदर बन जा रहा वा। सारे लोगों की आम आदमी पार्टी के जिन्हें भी वलंटीयर जिन्हें भी साथी आ, प्रदीप जी, चंद्र जी, सैनी साहब, जे मैं नाम लैन लग्या बहुत लंबा जाऊँ, सारे ही सुंदरनगर के सुंदर बंदे सारे रल के असी अज ये जिहड़ा काम आ जंगी पद्धर ते कर रहे हैं। एक एक काम जिहड़ा वा हलका सेंटर का वो पहल के आधार पर होगा। कोई भी बंदा जिथे भी काम होने वाला तुहाडे राही मैं दसना चाहुंदा वा, मेरे तक पहुँचाओ, मैं अपने आप तुहाडा सेवादार होण दे नाते कल्ला कल्ला काम नूं असली जामा पहना के काम नूं सिरे चढ़ावांगे। बहुत बहुत तुहाडा धन्नवाद। देखो आने वाली चोणां लोगों ने पहला बहुत वड्डा फतवा दे के पंजाब दे 3.5 करोड़ लोगों ने साढ़े ते भरोसा जताया वा। ये आने वाली चोणां लोग आप इस काम का साढ़े कामों वोट दूंगे। असी काम कर रहे हैं 14 महीने तो लोगों को काम करके दिखा रहे हैं। जे लोगों को साढ़े ते भरोसा वा तो लोग ऐतकी साडा हाउस बनाऊंगे, साढ़े मेयर बनूंगे और लुधियाना शहर जिहड़ा पंजाब का हब आ इहनूं पूरा खूबसूरत बना के लोगों की सेवा च देना वा। ये साडा तुहाडे नाल वादा वा। मोहाली दी आई टी सिटी सैक्टर 83 विच एक प्लाट मालक वालों अपनी इमारत की बेसमेंट की खुदाई करवाई जाने दौरान नाल वाले प्लाट के ज़्यादा नेड़े तक खुदाई किए जाने लगती कंपनी का पार्किंग एरिया बुरी तरह ढह गया जिस कारण उत्थे खड़ी एक कार अते कुछ मोटरसाइकिल नुकसाने गए। यह हादसा दोपहर के आस पास होया ते गनीमत यह रही कि इस हादसे विच इस थान ते कोई जानी नुकसान नहीं होया। I-49 ते I-50 दी बेसमेंट नूं पुट्टिया जा रहा सीगा। की कहिंदे ते ओह जदों पुटदे पुटदे ओह जिहड़ी नाथ सोल्यूशन जिहड़ी I-48 है उहदे ज़्यादा नेड़े जाण करके ते ओह जिहड़ी मिट्टी दी ढिग ते जिहड़ी ओह सारा उहनां दा जिहड़ा पार्किंग एरिया सी ओह वी डिग पिया। उहदे नाल की कहिंदे उहदे विच ही 8-9-10 मोटरसाइकल इक कार भी जिहड़े उत्थे खड़े सीगे ओह भी ढिग दे नाल ही थले डिग पे। फिलहाल असीं CCTV फुटेज खंगाल रहे हैं
तो वो मुताबक जी फस्ट व्यू तो नहीं लग रहा कोई नुकसान आ, पर फिर भी ये तो जिन्ना तक सारा कुछ क्लीयर नहीं हो जाता उन्ना तक असं तुम सारा वो नहीं है। ये 12:23 की घटना है जी। हाँ नहीं बेसिकली दो मशीन ही चल रही सगिया जो मशीन ने वह पटते पटते कंध के बहुत क्लोज लै गए जिदे डिग पे असी जे ओनर भी है उन्होंने भी कार्रवाई करा स्ट्रक्चर इंजीनियर जिन्हें भी है क्योंकि ये बाकी भी ही की कहें बिल्डिंगा का नुकसान हो सकता है। हूँ असी इन तो स्टैकिंग करवा रहे हैं भी ताकि बाकी जल दिया बिल्डिंग्स है उन्होंने ना कोई नुकसान पहुँच सके। ना एक बिल्डिंग डिगी बिल्डिंग नहीं एक बेसमेंट मतलब पट्टी जा रही थी वो बेसमेंट के साइड तो डिग गई है तो नाल जी बिल्डिंग सी एक नाल ओदा थोड़ा गड्डिया वगैरह तो मोटरसाइकिल का नुकसान हो गया क्योंकि उन्होंने नाल यह बेसमेंट पट्टी जा रही थी मशीन लगिया सी तो पर फॉर्चुनेटली है कि मतलब कोई जानी नुकसान तो सामने नहीं आया पर गड्डिया मोटरसाइकिल नाल वाली जी बिल्डिंग है वह नुकसान होया वो ते खड़िया सगिया तो नीचे डिगिया ने। पंजाब विच वध रहा नशा वड्डी चिंता का कारण है पर नशे की लत नूं पूरा करन लई अक्सर नशे के आदि व्यक्ति रिश्ते नाते भुल कुछ भी कर सकते हैं। अजिहा मामला अमलोह सामने आया जिस दौरान एक नशे के आदि नौजवान ने रिश्ते लगती अपनी दादी के गहने चोरी करने की नीयत नाल मौत के घाट उतार दिता। अमलोह के नज़दीकी पिंड खनियाण रोड के खेतों वाल विच खनियाण निवासी मिली बजुर्ग महिला की लाश पुलिस ने महिला के कतल की गुत्थी सुलझाते हुए अमलोह पुलिस ने रिश्ते लगते महिला के पोते गिरफ्तार किया है। अज एक असी एफ आई आर दर्ज की एफ आई आर नंबर 77 अंडर सैक्शन 302-404 आई पी सी की ये एक लेडी सी हरमिंदर कौर जी उम्र 82 साल से उसकी मौत हो गई सी तो असी दर्ज की है वो ही पोते ने चाचे के जरा चाचे के पोते ने उन्हू एक नशे कर आदि है वह बस अपनी नशे की पूर्ति करने उन्हें वो वंग एक ला ली तो दो मुंदरियां पाइं सी ला के तो उन्होंने वह जरा राह जाता अमलोह तो खनियाण में जाता उत्ते सुट गया तो उतों फिर बाद जो असं इनवैसटीगेट किया सारा मसला उस सूँ पता लग गया भी एक जरा पोता से रणवीर सिंह उही दोषी है असं तो रणवीर को भी गिरफ्तार कर लिया जोड़ा उन्हें समान पाया सीगा लेडी ने वंग के दोवें मुंदर मुंदरियाँ वह भी रिकवर कर लिया तो एक मोबाइल फोन से सैमसंग का वह भी रिकवर कर लिया तो एक गड्डी से जिस बिठा के लै गया अभी गड्डी भी रिकवर। दूजा मामला क्या जी? दूजा मामला हैगा एक कल लड़ाई हुई सी सिविल हॉस्पिटल के कोल इत्थे लोकल दो छोटे बच्चे 10वीं क्लास के आपस में लड़ पे दोवां ने अपने अपने पिता जी सद लिया उन्हें अपने पिता को फोन करता उन्हें अपने पिता को फोन करता तो जिहड़ा जिहड़ा हुण दोषी है उन्हें दहश चा के मतलब भी मेरे मुंडे को चपेड़ मारी उन्हें कृपान कट के गुट पर मारी तो जिहड़ा कि जेरे इलाज आ उत्थे फोर्टिस हॉस्पिटल मोहाली तो ये भी असी दोषी जरा गुरविंदर सिंह गिरफ़्तार कर लिया बलजीत सिंह के बयान से असी परचा किया अंडर सैक्शन 307 आई पी सी। तीजा मामला की जी? तीजा मामला एक खूह का मामला है ये मालोवाल तो कपूरगढ़ जो जाने चौंकी का एरिया पता सा मोटरसाइकिल खोया तीन बंद ने तिना चो असी दो दोषी गिरफ़्तार कर ले गिरफ़्तार करके उन्होंने को असी मोटरसाइकिल भी रिकवर कर लिया तो जोड़ा इन्होंने बैग खोया भी रिकवर कर लिया। पंजाबी गाना तो तुसी सुनिया ही होना कि जट पानी दी वारी दे पिछे लड़ पए पर मौजूदा दौर दे विच अजिहे गीतां दे बोल असल जिंदगी विच सच साबित होण लगे हन। दुनिया भर विच अपनी दलेरी लई जाने जांदे पंजाबी जमीन दे टुकड़ियां खातर एक दूजे दे खून दे प्यासे बन रहे हन ते थाणियां तों लै के अदालतां तक चक्कर कट रहे हन। ताज़ा मामला कपूरथला दे सिद्धवां दोनों तों सामने आया जिथे जमीन खातर दो NRI परिवारां दा जमीनी मामला थाणियां ते कचहरियां तक पहुँच गया। विदेश विच रहिंदे पीड़ित परिवार सुखदेव सिंह वासी सिद्धवां दोनों के रिश्तेदार ने प्रेस कॉन्फ्रेंस करके रेशम सिंह नामी व्यक्ति वालों उन्हां दी जमीन जो ठेके ते दित्ती हुई है उस विच लगी फसल धक्केशाही नाल नष्ट करन दे गंभीर इल्जाम लगाए हन। होर की उन्हां कहा लो तुसी भी सुनो। पेश है कपूरथला तो साडे पत्रकार कमलजीत कौर दी इह रिपोर्ट। कज़न ने दीपक शर्मा जी इन्हां दे कज़न ने जो लेडीज अपना मैटा तो है उन्होंने एक जमीन है सिद्धवा दूना दे विच जो जमीन दे उत्ते पिछले दिन 24 25 की रात अप्रैल की रात में
रेशम सिंह व्यक्ति वालों जमीन वाह के उत्थे जिहड़ी मक्की की फसल लगी सी उहनू खराब कर दिता गया है। फिर जदों सानू पता लगा मसल फसल खराब कर दिती है, उस तो बाद असी उत्थे दो दिन बाद उत्थे बाजरे का बीज सुट दिता गया सी इन्हां वल्लों। जदों बीज सुट दिता गया सी तां असी पुलिस कार्रवाई वास्ते भी उन्हों लैटर दे दित्तियां सी कि सुखदेव सिंह जी वल्लों परचा दिता गया, जो परचा पुलिस ने एक महीने बाद 29 मई 2023 नूं 42 नंबर परचा एफ आर कट्टी, जिस विच उन्हां ने रेशम सिंह नूं मुजरम बनाया अते नाल अनपछाते 5 तों 7 व्यक्ति नाल पाए सी, जिन्हां बारे सानू कोई पता नहीं सी कि कौन व्यक्ति ने कौन नहीं। पर अज सानू हौली 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 धीरे धीरे पता लग रहा है भी कुछ लोग जिहड़े पिंड दे ही लोग ने, जिन्हां विचों अवतार चिंगतारी ते कुछ होर समथिंग दो बंदे हैगे ने, 2-4 बंदे ने जिन्हां दा सानू नाम नहीं अजे पता लगा, उह क्लीयर दस दांगे तुहानू आने वाले टाइम दे विच, उह सब नाल रल के उस जमीन ते कब्जा करन दी कोशिश कर रहे ने। पुलिस वालों की कार्रवाई की गई है? पुलिस वालों कार्रवाई 1.5 महीने के अंदर सिर्फ एक परचा दिता गया, उस तो अलावा कुछ नहीं किया गया। असी डिपार्टमेंट नू यही बिल बार बार अपील कर रहे हैं भी जिहड़ी तुसीं बनदी कार्रवाई उहनू करके उहनू कंप्लीट किया जाए। रेशम सिंह कायम करन तो बाद जां अपनी फसल खराब करन तो बाद बाहर चला जांदा है। मामला यह कि असी 5-6 साल तो पहले जी मंगवाते सी ਸਾਨੂੰ ਚਰਨਜੀਤ ਸਿੰਘ ਨੇ ਦਿੱਤੀ ਸੀ, ਉਹ ਤਾਂ ਵਿਚਾਰਾ ਹੈ ਨਹੀਂ, ਚਲੋ ਉਹਨਾਂ ਦੇ ਬੱਚੇ ਹੈਗੇ ਅਮਰੀਕਾ ਜਿਹਾ, ਅਸੀਂ ਜਿੱਦਾਂ ਰੈਗੂਲਰ ਲਾਉਂਦੇ ਸੀ ਅੱਗੇ ਹੁਣ ਵੀ ਵਾਹ ਰਹੇ ਸੀਗੇ, ਅਤੇ ਇਹਨਾਂ ਨੇ 24 ਅਪ੍ਰੈਲ ਨੂੰ ਆ ਕੇ ਰਾਤ ਨੂੰ ਮੱਕੀ ਵਾਹਤੀ ਉਹਨਾਂ ਨੇ। ਅੱਛਾ, ਉਹਦਾ ਕੋਈ ਫੈਸਲਾ ਨਹੀਂ ਹੋਇਆ ਅਤੇ ਦੁਬਾਰਾ ਹੁਣ ਫਿਰ ਉਹ ਗਾਲੀ ਲਾਉਣ ਲੱਗ ਗਏ। ਅੱਛਾ, ਹਾਂ ਅਤੇ ਸਾਨੂੰ ਫੋਨ ਆਇਆ ਸਿੱਧੂ ਸਾਹਿਬ ਨੇ ਦੱਸਿਆ ਕਿ ਜਿਹੜਾ ਇੱਥੇ ਪੈਲੀ ਵਾਹੁਣ ਡਿਆ ਕਿਸਾਨਾਂ ਦੀ ਕੋਈ ਬਾਜੇ ਵਾਲੀ। ਅੱਛਾ, ਉਸ ਸੰਬੰਧ 'ਚ ਆਏ ਮੌਕੇ 'ਤੇ ਅਸੀਂ ਟਰੈਕਟਰ ਅਤੇ ਜਿਹੜਾ ਬੰਦਾ ਵਾਹ ਰਿਹਾ ਉਹਨੂੰ ਕਬਜ਼ੇ 'ਤੇ ਲੈ ਕੇ ਜਾ ਰਿਹਾ ਥਾਣੇ। दोस्तों ये सन साड़ियां अज दियां खास खबरां, नवियां ते ताज़ा खबरां दे नाल तुहाड़े सामने फिर तो रूबरू आवांगे, तद तक लई मैनू यानी कि तेजिंदर कौर नूं दिओ इजाज़त, रब रखा।